ਕੋਰੋਨਾ ਦੇ ਚਲਦਿਆਂ ਕਰਫਿਊ ਦੇ ਕਾਰਨ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨਹੀਂ ਬਦਲ ਰਹੀ, ਜਿਸ ਦੇ ਚਲਦਿਆਂ ਬੀਤੀ ਸ਼ਾਮ ਪੁਲਿਸ ਨੇ ਕਰਨਾਲ ਤੋਂ ਪੈਦਲ ਜੰਮੂ ਜਾ ਰਹੇ 26 ਪ੍ਰਵਾਸੀ ਮਜ਼ਦੂਰਾਂ ਨੂੰ ਜਲੰਧਰ ਨਾਕੇ ਤੇ ਰੋਕਿਆ ਅਤੇ ਉਹਨਾਂ ਨੂੰ ਨੁੱਸੀ ਪਿੰਡ ਦੇ ਰਾਧਾ ਸਵਾਮੀ ਸਤਸੰਗ ਘਰ ਵਿਖੇ ਕੁਆਰੰਟਾਈਨ ਕੀਤਾ ਗਿਆ, ਜਿੱਥੇ ਅੱਜ ਸਿਹਤ ਵਿਭਾਗ ਦੀ ਟੀਮ ਨੇ SMO ਡਾਕਟਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਉਹਨਾਂ ਦਾ ਚੈੱਕਅਪ ਕੀਤਾ। ਇਸ ਦੇ ਚਲਦਿਆਂ ਹੀ ਅੱਜ ਸਵੇਰੇ ਕਰਤਾਰਪੁਰ ਵਿੱਚ ਵੀ 17 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਨੈਸ਼ਨਲ ਹਾਈਵੇ ਤੇ ਰੋਕਿਆ ਗਿਆ, ਜੋ ਕਿ ਅੰਮ੍ਰਿਤਸਰ ਤੋਂ ਲਖਨਊ ਜਾ ਰਹੇ ਸਨ। ਕਰਤਾਰਪੁਰ ਪੁਲਿਸ ਵੱਲੋਂ ਉਹਨਾਂ ਮਜ਼ਦੂਰਾਂ ਨੂੰ ਵਾਪਿਸ ਟਰਾਂਸਪੋਰਟ ਰਾਹੀਂ ਅੰਮ੍ਰਿਤਸਰ ਭੇਜ ਦਿੱਤਾ। ਆਪ ਕਹਾਂ ਸੇ ਆ ਰਹੇ ਹੋ? ਅੰਮ੍ਰਿਤਸਰ ਸੇ। ਅੰਮ੍ਰਿਤਸਰ ਸੇ। ਕਹਾਂ ਕੇ ਰਹਿਣੇ ਵਾਲੇ? ਮੈਂ ਰਹਿਣ ਵਾਲਾ ਹੂੰ। ਅੱਛਾ ਜੀ, ਕਿਤਨੇ ਆਦਮੀ ਹੈ? 17। ਤੋ ਆਪ ਕਹਾਂ ਪੇ ਜਾ ਰਹੇ ਹੋ? ਲਖਨਊ ਜਾ ਰਹੇ ਸਰ। ਤੋ ਆਪਕੋ ਰੋਕਾ ਨਹੀਂ ਕਿਸੀ ਨੇ ਰਾਸਤੇ ਮੇਂ? ਹੈਂ? ਕਬ ਸੇ ਚਲੇ ਹੋ ਸੁਬਹ? ਮੈਂ ਚਲਾ ਹੂੰ ਪਰਸੋਂ। ਹੈਂ? ਪਰਸੋਂ ਕਾ। ਪਰਸੋਂ ਸੇ ਚਲੇ ਹੋ ਅੰਮ੍ਰਿਤਸਰ ਸੇ? अच्छा, अभी लखनऊ जा रहे हैं? हाँ। क्यों जा रहे हैं? इधर ठीक सर, यहाँ पे क्या करें, मैं कुछ खाने वाला है ही नहीं, वो मेरे पास पैसे थे, पैसे खर्च हो गए सर, राशन पानी। तो काम क्या करते हो? दिहाड़ी कर रहा था। नहीं तो सरकार की तरफ से कुछ नहीं मिला आपको? नहीं, जो राशन रूशन भी संस्था देती है कुछ नहीं मिला। तो इतने दिन कैसे निकाले? अब 2-4 हज़ार मिला था। हाँ। तो राशन में इतने बंदे रहते थे सर, अब उसमें मंगा लिए, अब लौट के पैसे खर्चा हो गया, पैसे नहीं रह गया। तो रुका नहीं किसी ने रास्ते में? इस संबंधी DSP सुरेंद्रपाल सिंह तोगड़ी ने साडी टीम नाल गलबात करते दसिया कि सर, जेडे कुछ अज प्रवासी मजदूर अमृतसर तो चल के लखनऊ जा रहे थे पैदल यात्रा, नैशनल हाईवे ते तुसी रोके ने, उन्हां बारे जानकारी दिओ। देखो, जेड़े मजदूर जेड़े हैगे ने जिथे भी वह अपना काम कार करते सीगे, उन्हां दे मन दे विच इह है कि वह अपने अपने घरां नूं जाण दी इच्छा रखते हैं, पर असी उन्हां नूं जिहड़ा हैगा उन्हां नूं इदां पैदल जाण दे लई मतलब जिहड़ी मनाही हैगी है जी, ते वह अज 17 मजदूर सीगे जिहड़े अमृतसर तों चल के डांडे मिंडे हो के ते साडे करतारपुर दे विच प्रवेश कीते सीगे। ਅਸੀਂ ਉਹਨਾਂ ਨੂੰ ਡਿਟੇਨ ਕਰਕੇ ਪਹਿਲੇ ਤਾਂ ਉਹਨਾਂ ਦਾ ਅਸੀਂ ਚਾਹ ਪਾਣੀ ਉਹਨਾਂ ਨੂੰ ਪਿਲਾਇਆ, ਜਿਹੜੀ ਸਾਡਾ ਇਨਸਾਨੀਅਤ ਡਿਊਟੀ ਬਣਦੀ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਾਰੀ ਪੁੱਛ ਪੜਤਾਲ ਕਰਕੇ ਵੀ ਤੁਸੀਂ ਕਿੱਥੋਂ ਆਏ ਹੋ, ਉਹਨਾਂ ਨੇ ਦੱਸਿਆ ਵੀ ਅਸੀਂ ਅੰਮ੍ਰਿਤਸਰ ਸ਼ਹਿਰ ਤੋਂ ਆਏ ਹਾਂ, ਫਿਰ ਉਹਨਾਂ ਦੇ ਨਾਲ ਸਾਡਾ ਲਾਈਜ਼ਨ ਹੋਇਆ, ਅਸੀਂ ਇਹਨਾਂ ਨੂੰ ਰਿਸਪੈਕਟਲੀ ਜਿਹੜਾ ਹੈਗਾ ਉੱਥੇ ਵਾਪਸ ਕਿਸੇ ਟਰਾਂਸਪੋਰਟ ਰਾਹੀਂ ਅਸੀਂ ਇਹਨਾਂ ਨੂੰ ਭੇਜਿਆ ਜੀ। ਅਤੇ ਸਰ, ਇਸ ਤਰ੍ਹਾਂ ਮਤਲਬ ਕੱਲ੍ਹ ਵੀ ਕੋਈ ਕੁਛ ਨੂਸੀ ਪਿੰਡ ਤੋਂ, ਨੂਸੀ ਪਿੰਡ 'ਚ ਕੁਛ ਟਰਾਏ ਗਏ, ਉਹ ਹਰਿਆਣੇ ਤੋਂ ਆਏ ਸੀ ਬੰਦੇ, ਹੈ ਨਾ? ਹਾਂ, ਕੁਛ ਇੱਦਾਂ ਦੇ ਸੀ ਵੀ 27 ਸੀਗੇ ਸਾਰੇ ਟੋਟਲ, ਉਹ ਵੀ ਮਜ਼ਦੂਰ ਸੀ, ਉਹ ਸੋਨੀਪਤ ਤੋਂ ਚੱਲ ਕੇ ਅਤੇ ਉਹਨਾਂ ਨੇ ਅੱਗੇ ਇੱਧਰ ਨੂੰ ਜੰਮੂ ਸਾਈਡ ਨੂੰ ਜਾਣਾ ਸੀਗਾ ਜੀ। ਉਹਨਾਂ ਨੂੰ ਵੀ ਜਿਹੜਾ ਸਿਟੀ ਏਰੀਆ ਹੈਗਾ ਉਹਨਾਂ ਨੇ ਡਿਟੇਨ ਕੀਤਾ ਸੀਗਾ ਜੀ, ਅਤੇ ਉਹ ਉਹਨਾਂ ਨੇ ਡਿਟੇਨ ਕਰਕੇ ਸਾਡੇ ਜਿਹੜਾ ਰਾਧਾ ਸਵਾਮੀ ਸਤਸੰਗ ਘਰ ਨੁੱਸੀ ਹੈਗਾ ਜੀ, ਉਹਨੂੰ ਸ਼ੈਲਟਰ ਹੋਮ ਅਸੀਂ ਬਣਾਇਆ ਜੀ, ਅਤੇ ਉੱਥੇ ਉਹਨਾਂ ਨੂੰ ਠਹਿਰਾਇਆ। ਅਤੇ ਟਾਈਮ ਟੂ ਟਾਈਮ ਸਾਡੀ ਅੱਜ ਵੀ ਮੇਰੀ 3-4 ਵਾਰ SDM ਸਾਹਿਬ ਨਾਲ ਇਸੇ ਸੰਬੰਧ ਵਿੱਚ ਹੀ ਗੱਲ ਹੋਈ ਹੈ, ਉਹਨਾਂ ਦੀ DC ਸਾਹਿਬ ਨਾਲ ਗੱਲ ਹੋਈ, CP ਸਾਹਿਬ ਨਾਲ ਗੱਲ ਹੋਈ, SDM ਸਾਹਿਬ ਨੇ ਮੈਨੂੰ ਦੱਸਿਆ, ਅਤੇ ਉਹ ਅਸੀਂ ਉਹਨਾਂ ਨੂੰ ਚਿੱਠੀ ਬਣ ਰਹੀ ਹੈ, ਉਹਨਾਂ ਦੀ ਗੱਲ ਅੱਗੇ ਸੋਨੀਪਤ ਹੋਈ ਹੈ ਜਿੱਥੋਂ ਇਹ ਚੱਲੇ ਸੀਗੇ, ਉਹਨਾਂ ਦਾ ਅਸੀਂ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਜਿਹੜਾ ਸੀਗਾ ਕੀਤਾ ਸੀ ਵਧੀਆ ਤਰੀਕੇ ਦੇ ਨਾਲ, ਉਹਨਾਂ ਨੂੰ ਹੁਣ ਵੀ ਰੋਟੀ ਪਾਣੀ ਖਵਾ ਕੇ ਅਸੀਂ SHO ਸਾਡਾ ਮਸੂਦਾ ਟਰੱਕ ਦਾ ਅਰੇਂਜਮੈਂਟ ਕਰਕੇ ਔਰਡਰ ਬਣ ਰਹੇ ਹਾਂ, SDM ਸਾਹਿਬ ਬਣਾ ਰਹੇ ਹਾਂ, ਉਹਨਾਂ ਨੂੰ ਅਸੀਂ ਵਾਪਸ ਜਿਹੜਾ ਸੋਨੀਪਤ ਰਿਸਪੈਕਟਲੀ ਭੇਜ ਰਹੇ ਹਾਂ। ਪੰਜਾਬ ਦਰਪਣ ਨਿਊਜ਼ ਲਈ ਕਰਤਾਰਪੁਰ ਤੋਂ ਰਕੇਸ਼ ਭਾਰਤੀ ਦੀ ਵਿਸ਼ੇਸ਼ ਰਿਪੋਰਟ।